ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਪੰਡਿਤ ਡੇਅਰੀ ਫਾਰਮ ਵਿੱਚ। ਮੈਂ ਤੁਹਾਡਾ ਆਪਣਾ ਲਾਲੀ ਪੰਡਿਤ। ਜਿਵੇਂ ਤੁਹਾਡੇ ਲਈ ਅਸੀਂ ਨਵੀਆਂ ਨਵੀਆਂ ਚੰਗੀਆਂ ਚੰਗੀਆਂ ਵੀਡੀਓ ਲੈ ਕੇ ਆਉਂਦੇ ਹਾਂ, ਉਸੇ ਤਰ੍ਹਾਂ ਅਸੀਂ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ। ਅੱਜ ਆਪਾਂ ਪਿੰਡ ਪਟਾਲ ਵਿੱਚ ਪਹੁੰਚੇ ਹਾਂ, ਜੋ ਕਿ ਤਹਿਸੀਲ ਲਹਿਰਾ ਗਾਗਾ ਗਈ ਜੀ, ਜ਼ਿਲ੍ਹਾ ਸੰਗਰੂਰ ਆ ਗਿਆ, ਅਤੇ ਬਿੱਟੂ ਵਪਾਰੀ ਦੇ ਘਰ ਪਹੁੰਚੇ ਹਾਂ। ਅਤੇ ਆਪਾਂ ਨੇ ਬਾਈ ਦੀ ਇੱਕ ਵਾਰੀ ਪਹਿਲਾਂ ਵੀ ਵੀਡੀਓ ਬਣਾਈ ਅਤੇ ਉਸਨੇ ਬਹੁਤ ਚੰਗਾ ਵਧੀਆ ਪਿਆਰ ਦਿੱਤਾ ਸਾਨੂੰ। ਅਤੇ ਅੱਜ ਸੱਤ ਅੱਠ ਪਸ਼ੂ ਨੇ ਬਾਈ ਲਵੇ, ਦੇਖਦੇ ਹਾਂ ਕਿੰਨੇ ਦੁੱਧ ਵਾਲੇ ਨੇ, ਕੀ ਰੇਟ ਦੇ ਨੇ, ਕਿੰਨੇ ਸੂਏ ਹੋਏ ਨੇ, ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਲਾਸਟ ਤੱਕ। ਹੋਰ ਬਾਈ ਬਿੱਟੂ ਕਿਵੇਂ? ਵਧੀਆ ਜੀ, ਵਧੀਆ। ਹੋਰ ਸਿਹਤਾਂ ਠੀਕ ਨੇ? ਹਾਂ ਵਧੀਆ। ਕਿਵੇਂ ਚੱਲਦਾ ਕੰਮ ਧੰਦਾ? ਕੰਮ ਕਾਰ ਵਧੀਆ ਚੱਲਿਆ ਬਾਈ। ਠੀਕ ਹੈ, ਠੀਕ ਹੈ। ਲੈ ਦੋਸਤੋ, ਦਿਖਾਉਣਾ ਤੁਹਾਨੂੰ ਬਾਈ ਦੇ ਪਸ਼ੂ, ਅਤੇ ਬਾਈ ਦਾ ਆਪਾਂ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਤੁਹਾਨੂੰ। ਬਾਈ ਕਿਹ ਪਸ਼ੂ ਨੇ ਅੱਜ? ਅੱਜ ਬਾਈ 7 ਪਸ਼ੂ ਨੇ। 7 ਕਿਹ ਸੂਏ ਹੋਏ ਨੇ, ਕਿਹ ਗੱਬਰ ਨੇ? ਸਾਰੀ ਸੂਏ ਹੋਈ। ਅੱਛਾ, ਸਾਰੀ ਸੂਏ ਹੋਈ। ਠੀਕ ਹੈ, ਠੀਕ ਹੈ। ਲੈ ਮਿੱਤਰੋ, ਆਹ ਪਹਿਲੀ ਮੈਂ ਆ ਗਈ। ਬਾਈ ਕਿਹੜਾ ਸੂਏ ਦਾ? ਤੀਜਾ ਸੂ ਆ, ਰਾਤ ਸੂਈ ਆ। ਬੱਚਾ ਕੀ ਆ ਬਾਈ? ਬੱਚਾ ਕੱਟੀ ਆ ਜੀ। ਬੱਚਾ ਕੱਟੀ ਆ ਗਈ, ਨਾੜੂਆ ਦੇਖ ਲਓ ਜੀ, ਬੱਚੇ ਦਾ ਨਾਲ ਆ, ਦੇਖ ਅੰਦਾਜ਼ਾ ਲਾ ਸਕਦੇ ਹੋ। ਬਾਈ ਕਿੰਨਾ ਕੁ ਦੁੱਧ ਆ? ਦੁੱਧ ਇਹਨੇ ਪਿਛਲੇ ਸੂਏ 13-14 ਲੀਟਰ ਦੁੱਧ ਕੱਢੇ ਜੀ। 13-14 ਲੀਟਰ? ਲੈ ਤੋਰੀ ਬਾਈ ਕੱਢੀ ਮਾਰੇ। ਲੈ ਮਿੱਤਰੋ, ਅੱਜ ਥੋੜੀਆਂ ਪਸ਼ੂ ਫਿੱਕੇ ਜ਼ਰੂਰ ਪੈਣਗੇ, ਤੇਰੇ ਡਾਬਲ ਨੇ ਪਸ਼ੂ ਨਵਾਏ ਨਵੂਏ ਨਹੀਂ ਹੋਏ, ਠੰਡ ਜ਼ਿਆਦਾ ਆ ਨਾ ਬਾਈ। ਹਾਂ ਹਾਂ, ਕਰਤੀ ਬਾਈ ਬੋਲੇ ਜੋ ਖਾਲੀ? ਹਾਂ ਬੋਲੇ ਜੋ ਖਾਲੀ ਜੀ। ਠੀਕ ਹੈ, ਤੇ ਠੰਡ ਥੋੜਾ ਚੰਗਾ ਲੱਗਿਆ ਫਿਰ ਮੈਂ ਇਹਦੀ, ਬਾਕੀ ਲੇਵਾ ਲੂਗਾ ਟੋਪ ਦਾ। ਹਾਂ 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 ਬਾਈ, ਹਜੇ ਭਲਾ ਨੇ ਹਨਾ। ਠੀਕ ਆ, ਬੰਨ ਦੇ ਬਾਈ, ਬੰਨ ਦੇ। ਚਵਾਈ ਚਵੂਈ ਕਿਵੇਂ ਬਾਈ? ਠੰਡ ਥੋੜਾ ਚੰਗਾ ਲੱਗਿਆ ਹੈ ਜੀ, ਦੂਰੋਂ ਕੱਦ ਕੱਟ ਦੇਖ ਸਕਦੇ ਹੋ, ਚੰਗੇ ਕੱਦ ਦੀ ਮੈਂ ਆ, ਗੋਲ ਸਿੰਘ ਦੀ ਆ। ਬਾਈ ਭਾਅ ਕੀ ਆ ਫਿਰ ਇਹਦਾ? ਭਾਅ ਇਹਦਾ 95,000। ਭਾਅ 95,000 ਕਰਦਾ, 90-90 ਦੇ ਦੇਗਾ। ਅੱਛਾ, ਮੌਕੇ ਤੇ ਹੋ ਜੂਗਾ। ਲੈ ਦੂਜੀ ਆ ਗਈ ਦੋਸਤੋ, ਇਹਦਾ ਕਿਹੜਾ ਸੂਆ ਜੀ? ਤੀਜੇ ਸੂਏ। ਲੈ ਖੋਲੀ ਬਾਈ ਇਹਨੂੰ। ਲੈ ਸਿੰਘ ਜ਼ਰੂਰ ਥੋੜਾ ਜਿਹਾ ਖੁੱਲਾ ਲੇਵਾ ਲੂਗਾ, ਬੜਾ ਚੰਗਾ ਜੀ। ਗੋਲ ਭਾਂਡੇ ਦੀ ਆ ਝੂਠੀ, ਤੋਰ ਦੇ ਬਾਈ, ਤੋਰ ਦੇ, ਕੱਢ ਲਾ ਬਾਰੇ। ਬਾਈ ਕਿਵੇਂ, ਇੱਕ ਥਾਂ ਛੋਟਾ ਲੱਗਦਾ? ਅੱਛਾ, ਕੋਈ ਸਾਈਡ ਸੂਟ ਤਾਂ ਨਹੀਂ ਹੈਗੀ? ਅੱਛਾ, ਕਿਹਦੇ ਨਾਲ ਸੂਈ ਆ ਬਾਈ ਇਹ? 12-13 ਦਿਨ ਹੋ ਗਏ ਦੋਸਤੋ ਸੂਈ ਨੂੰ। ਦੁੱਧ ਕਿੰਨਾ ਕੁ ਤਿਆਰ ਆ ਬਾਈ? 12 ਲੀਟਰ ਚੋਣ ਦਾ। ਭਾਅ ਬਾਈ ਇਹਦਾ? 85,000 ਦੀ ਦੇਣਾ ਬਾਈ। 85,000 ਦੀ ਦੇ ਦੋਗੇ? ਠੀਕ ਹੈ ਜੀ ਬਾਈ, ਲੈ ਵੀ ਚੰਗੇ ਦੁੱਧ ਵਾਲੇ ਪਸ਼ੂ ਨੇ ਅੱਜ ਸਾਰੀ। ਅੱਛਾ, ਆਹ ਬੱਚਾ ਆ ਗਿਆ ਬਾਈ, ਸੂਈ ਖਾਸੇ ਟਾਈਮ ਦੀ ਨਹੀਂ ਲੱਗਦੀ? ਅੱਛਾ, ਟੀਕੇ ਦਾ ਕੱਟਾ। ਠੀਕ ਹੈ, ਤੀਜੀ ਆ ਗਈ ਬਾਈ, ਕੱਟੀ ਹੈ ਪਹਿਲਾਂ, ਕੱਟੀ ਆ ਗਈ ਦੋਸਤੋ। ਬਾਈ ਕਿਆ ਕਰਨਾ ਸੀ ਇਹ? ਮਹੀਨਾ ਹੋ ਗਿਆ ਸੂਈ ਨੂੰ, 8 ਕਿਲੋ। ਲੈ ਰੇਟ ਵੀ ਆਪਾਂ ਬਾਈ ਨੇ ਮਹੀਨਾ ਦੁੱਧ ਪੀ ਲਿਆ, ਤੋਰੀ ਬਾਈ ਰੇਟ ਵੀ ਜਾਇਜ਼ ਕਰਾਵਾਂਗੇ ਬਾਈ ਤੋਂ ਆਪਾਂ। ਬੱਚਾ ਬਾਈ ਇਹਦਾ ਕੀ ਆ? ਲੈ ਕੱਟਾ ਦੋਸਤੋ, ਬੱਚਾ ਦੇਖ ਸਕਦੇ ਹੋ, ਬਾਕੀ ਥੋੜੇ ਜੇ ਕੱਖਾਂ ਨਾਲ ਰੱਜਣ ਵਾਲਾ ਪਸ਼ੂ ਆ ਬਾਈ। ਦੰਦਾਂ 'ਚ ਹੈਗੀ ਆ ਇਹ? ਦੰਦਾਂ 'ਚ ਦੁੱਗੀ ਆ ਹਨਾ, ਲੈ ਕਿਸੇ ਨੇ ਬੱਤ ਦੇ ਪੈਸੇ ਲਾਉਣੇ ਹੁਣ ਦੋਸਤੋ, ਝੋਟੀ ਆ ਲਿਜਾ ਸਕਦੇ ਹੋ। ਹਾਂ ਥੱਲੋਂ ਬਾਈ ਥਾਨ ਪੂਰਾ ਮੋਟਾ ਕੱਢ ਦਿਆ ਪਸ ਮੱਕੇ। ਠੀਕ ਆ, ਠੀਕ ਆ ਭਾਅ ਜੀ ਇਹਦਾ ਫਿਰ? ਭਾਅ 60,000 ਦੀ ਦੇ ਦਾਂਗੇ ਬਾਈ, ਮੁੱਲ 65 ਕਰਾ ਲੈ, ਕਿੰਨੀ ਕਰਾ ਲੈ? ਅੱਛਾ, 60,000 ਦੀ ਦੇ ਦੋਗੇ? ਹਾਂ ਜੀ। ਠੀਕ ਆ ਬਾਈ, ਹਾਂ ਮੌਕੇ ਤੇ ਮਾਨ ਤਾਨ ਤਾਂ ਦੇਖ ਸਕਦਾ ਹੋ ਕੇ ਹੁੰਦਾ ਹੀ ਆ ਹਨਾ। ਅਗਲੀ ਆ ਗਈ ਬਾਈ, ਇਹਦਾ ਕਿਹੜਾ ਸੂਆ ਜੀ? ਸਿੰਘਾ ਸੁੰਘਾ ਦਾ ਚੰਗਾ ਪਸ਼ੂ ਡਬਲ ਮੈਂ ਆ, ਦੇਖ ਸਕਦੇ ਹੋ ਬਾਈ। ਦੁੱਧ ਕਿੰਨਾ ਕੁ ਪਾ ਦੂ ਝੋਟੀ? 10 ਕਿਲੋ ਤਿਆਰ ਹੈ। 10 ਕਿਲੋ ਤਿਆਰ ਆ? ਅੱਛਾ, 14 ਲੀਟਰ? ਹਾਂ ਜੀ, ਤੀਜਾ ਦੇ ਨੇ 10 ਲੀਟਰ ਤਿਆਰ ਆ, ਚੋਕੇ ਲਿਜਾ ਸਕਦੇ ਹੋ। ਠੀਕ ਹੈ, ਠੀਕ ਹੈ, ਕਰ ਦੂ 14-15 ਕਿਲੋ ਦਾ ਦੋਗੀ ਭਾਅ ਜੀ ਫਿਰ ਇਹਦਾ? ਭਾਅ ਜੀ 75,000 ਦੀ ਦੇ ਦੋ। ਅੱਛਾ, 75,000 ਦੀ ਦੇ ਦੋਗੇ ਇਹ? ਹਾਂ ਜੀ। ਲੈ ਦੂਰੋਂ ਕੱਦ ਕੱਟ ਦੇਖ ਲਓ ਜੀ,
ਬੰਨ ਦੇ ਬਾਈ ਬੰਨ ਦੇ ਲੈ ਜਾ ਦੋਸਤੋ, ਉਹਦਾ ਬੱਚਾ ਦਿਖਾਉਣਾ ਤੁਹਾਨੂੰ। ਬੱਚਾ ਕੀ ਆ ਬਾਈ ਇਹਦਾ? ਇਹਦੇ ਥੱਲੇ ਕੱਟੀ ਆ, ਉਹ ਬੈਠੀ ਆ ਨਾ ਬਾਈ। ਲੈ ਦੋਸਤੋ ਆ ਬੈਠੀ ਆ ਕੱਟੀ, ਦੇਖ ਕੇ ਅੰਦਾਜ਼ਾ ਲਾ ਸਕਦੇ ਹੋ। ਤਾਜ਼ੀ ਆ ਬੱਚਾ, ਲਾਸਟ ਵਾਲੀ ਬਾਈ ਆ ਗਈ ਹੈ। ਕਿਹੜਾ ਸੂ ਆ ਜੀ ਇਹਦਾ? ਦੂਜਾ ਸੂ ਆ। ਕਿਹਦੇ ਨਾਲ ਸੂਈ ਆ ਬਾਈ? ਅੱਛਾ ਕੱਲ ਸੂਈ ਆ। ਲੈ ਕੱਢ ਬਾਈ ਇਹਨੂੰ ਵੀ ਬਾਹਰੇ, ਬਾਹਰੇ ਤੁਹਾਨੂੰ ਤੋਰਾ ਤੋਰਾ ਦਿਖਾਉਣੇ ਆ ਜੀ। ਬਾਈ ਕਹਿ ਦਿੰਦਾ ਇਹ ਦੰਦਾਂ ਚ ਚੌਗੀ ਆ ਜੀ, ਦੂਜਾ ਸੂ ਆ। ਦੁੱਧ ਬਾਈ? ਅੱਛਾ 8 ਕਿਲੋ ਤਿਆਰ ਕਰ ਰੱਖਿਆ। ਕਿੰਨਾ ਕੁ ਦੁੱਧ ਕੱਢ ਦੂ ਬਾਈ? ਇਹਨੇ ਪਰ ਕੇ 11 ਕਿਲੋ ਕੱਢਿਆ ਪਲੂਮ ਨੇ। ਪਰ 11 ਕਿਲੋ ਕੱਢਿਆ ਹੈ? ਹਾਂਜੀ ਹਾਂ, 12-13 ਕਿਲੋ ਦੁੱਧ ਛੋਟੀ ਦੇ ਦੂ, ਦੇ ਦੂਗੀ ਹੈ ਨਾ ਕੱਦ ਬਿੱਟ ਦੇ ਹਿਸਾਬ ਨਾਲ। ਹਾਂਜੀ ਹਾਂ, ਚੌੜੀ ਚੌੜੀ। ਬਾਕੀ ਝੋਟੀ ਦੀ ਜਾਤ ਜੂਤ ਚੰਗੀ ਆ। ਹਾਂਜੀ ਪੜਾ ਪੜਾ ਦੇਖ ਸਕਦੇ ਹੋ ਜੀ, ਸਿੰਘਾਂ ਸੁੰਗਾਂ ਦਾ ਚੰਗਾ ਪਸ਼ੂ ਆ। ਇਹਦਾ ਭਾਅ ਜੀ ਫਿਰ? ਇਹਦਾ ਭਾਅ 85,000 ਹੈ। ਭਾਅ 85,000 ਕਰਦੇ ਹੋ? ਲੈ ਥਣਾ ਤੁਹਾਨੂੰ ਦੇਖ ਸਕਦੇ, ਚੰਗਾ ਥਣ ਲੱਗਿਆ ਹੋਇਆ। ਬੰਨਦੇ ਬਾਈ ਬੰਨਦੇ। ਬੱਚਾ ਕੀ ਆ ਗਿਆ ਬਾਈ ਇਹਦਾ? ਅੱਛਾ ਕੱਟੀ ਆ ਗਈ ਥੱਲੇ ਵੀ। ਠੀਕ ਹੈ ਜੀ। ਲੈ ਦੋਸਤੋ ਆਹ ਬੈਠਾ ਬੱਚਾ, ਬੱਚਾ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ। ਕੱਟੀ ਆ ਗਈ ਦੋਸਤੋ, ਛੇਵਾਂ ਪਸ਼ੂ ਆ ਗਿਆ। ਬਾਈ ਕਿਹੜਾ ਸੂਆ? ਤੀਜੇ ਸੂਏ ਆ ਗਈ ਦੋਸਤੋ। ਕੱਦ ਜ਼ਰੂਰ ਦਰਮਿਆਨਾ, ਪਰ ਲੇਵਾ ਲੂਬਾ ਦਿਖਾਵਾਂਗੇ ਤੁਹਾਨੂੰ, ਲੇਵਾ ਲੂਬਾ ਚੰਗਾ। ਤੋਰਦੇ ਤੋਰਦੇ ਬਾਈ, ਲੰਬੀ ਜਿਹੀ ਤੋਰਦੇ ਬਾਈ। ਦੁੱਧ ਕਿੰਨਾ ਕਾ? ਅੱਛਾ ਅੱਛਾ ਜ਼ਿਆਦਾ ਪੌੜਾ ਵੀ ਨਹੀਂ ਚੱਕਿਆ ਨਾ ਕਹਿੰਦੇ ਦੋਸਤੋ। ਠੀਕ ਆ, ਮੋੜ ਲਾ ਬਾਈ ਮੋੜ ਲਾ। ਭਾਅ ਜੀ ਫਿਰ ਇਹਦਾ? 85,000 ਭਾਅ, ਥੋੜ੍ਹਾ ਜ਼ਿਆਦਾ ਨਹੀਂ ਹੈਗਾ? ਅੱਛਾ ਹੁਣ ਲੇਵਾ ਲੂਗਾ ਚੰਗਾ ਜੀ ਦੋਸਤੋ, ਥੋੜ੍ਹਾ ਜਿਹਾ ਕੱਦੇ ਜ਼ਰੂਰ ਦਰਮਿਆਨਾ। ਬਾਕੀ ਤਾਜ਼ੇ ਸੂਏ ਕਰਕੇ ਹੁਣ ਲੇਵਾ ਲੂਗਾ ਹੋਰ ਬਣਾਊਗੀ ਬਹੁਤ। ਅਗਲੀ ਬਾਈ ਆ ਗਈ ਹੈ। ਇਹਦਾ ਕਿਹੜਾ ਸੂਆ ਜੀ? ਤੀਜਾ ਸੂਆ ਜੀ। ਕਿਹਦੇ ਨਾਲ ਸੂਆ ਬਾਈ ਇਹ? 12 ਦਿਨ ਆ ਬੱਚਾ ਗਿਆ ਜੀ ਇਹਦਾ। ਬੱਚਾ ਕੀ ਹੈ ਬਾਈ? ਬੱਚਾ ਕੱਟਾ ਗਿਆ। ਲੈ ਕੱਢ ਬਾਈ ਬਾਰੇ। ਦੁੱਧ ਕਿੰਨਾ ਦੱਸਿਆ ਜੀ ਬਾਈ? 10 ਲੀਟਰ ਦੁੱਧ ਆ ਬਾਈ। ਸਿੰਘ ਸੁੰਘ ਚੰਗਾ, ਉਹ ਲੱਗਦੀ ਤਾਂ ਨੀ ਬਾਈ ਤੀਜੇ ਹੈ ਨਾ ਦੂਜਾ ਬਾਈ? ਤੀਜਾ ਕਹਿੰਦਾ ਸੀਗਾ, ਦੂਜਾ ਸੂਆ ਦੋਸਤੋ। ਲੇਵਾ ਲੂਗਾ ਘੱਟਾ ਬਾਈ ਥੱਲੇ ਨਾ। ਦੁੱਧ ਕਿੰਨਾ? 10 ਕਿਲੋ 10 ਲੀਟਰ ਦੁੱਧ ਆ। ਮਤਲਬ 24 ਲੇਟ ਹੋਈ ਆ ਨਾ ਅੱਜ? ਅੱਛਾ ਪਾਸ ਕਰਕੇ ਲਿਆਇਆ ਉਧਰੋਂ, ਤਾਂ ਕਰਕੇ ਦੋਸਤੋ ਲੇਵਾ ਕੱਦ ਕਾਠਾ ਦੇਖ ਲਓ ਬਾਈ ਇਹਦਾ। ਪਾ ਇਹ 75,000 ਦੀ ਦੇਣੀ? 75,000 ਦੀ ਦੇ ਦੋਗੇ? ਅੱਜ 24 ਲੀਟਰ 10-11 ਵਜੇ। ਹਾਂ ਹਾਂ, ਤਾਂ ਹੀ ਲੇਵਾ ਘੱਟਾ ਦੇ ਸਰ। ਖਾਲੀ ਕਰੀ ਹੋਈ। ਭਾਂਡਾ ਪੂਰਾ ਤੁਹਾਨੂੰ ਵਾਲਾ ਦੇਖੀ। ਅੱਛਾ ਹਾਂਜੀ ਠੀਕ ਹੈ ਜੀ। ਲੈ ਦੋਸਤੋ ਆ ਕੇ, ਠੀਕ ਹੈ ਬਾਈ ਠੀਕ ਹੈ। ਲੈ ਦੋਸਤੋ ਆਪਾਂ ਤਾਂ ਅੱਜ ਪਹਿਲੀ ਲਾ ਲਿਆ ਤੇ ਵੀ 11-12 ਵਜੇ ਚੋਕੇ ਬਾਈਪਾਸ ਕਰਕੇ ਅੱਜ ਲਿਆਏ ਨੇ। 10 ਕਿਲੋ ਤੋੜ ਕੇ ਲੈ ਜੀ। ਅੱਛਾ ਹਾਂਜੀ। ਲੈ ਦੋਸਤੋ ਦੁੱਧ ਚੰਗਾ ਮੈਂ ਥੱਲੇ। ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਦੇ ਤੁਹਾਨੂੰ। ਲੈ ਦੋਸਤੋ ਬਾਈ ਦੇ ਆਪਾਂ ਪਸ਼ੂ ਦਿਖਾਤੇ ਤੁਹਾਨੂੰ ਸਾਰੇ ਤੇ ਰੇਟ ਦੱਸਤਾ। ਲੈ ਬਾਕੀ ਬਾਈ ਦਾ ਆਪਾਂ ਮੋਬਾਈਲ ਨੰਬਰ ਲੈ ਕੇ ਦਿੰਦੇ ਤੁਹਾਨੂੰ ਬਾਈ। ਮੋਬਾਈਲ ਨੰਬਰ ਬੋਲ। 98-156 ਜੀ 98-156 ਜੀ 30-731 30-731। ਲੈ ਬਾਈ ਦਾ ਮੋਬਾਈਲ ਨੰਬਰ ਬੋਲਤਾ, ਆ ਕੇ ਪਸ਼ੂ ਖਰੀਦ ਸਕਦੇ ਹੋ। ਤੇ ਕਿੰਨਾ ਕੁ ਮਨ ਤਾਨ ਕਰੇਗਾ ਬਾਈ? ਮਨ ਤਾਨ ਹੋ ਜੂ ਮੁੱਕ ਜੀ 5-7 ਹਜ਼ਾਰ ਦਾ ਕਰ ਦਿਓ। ਤੇ 5-7 ਹਜ਼ਾਰ ਦਾ ਬਾਈ ਕਹਿੰਦਾ ਮਨ ਤਾਨ ਕਰ ਦਾਂਗੇ, ਆ ਕੇ ਪਸ਼ੂ ਖਰੀਦ ਸਕਦੇ ਹੋ ਤੁਸੀਂ। ਜੇ ਤੁਹਾਨੂੰ ਵੀਡੀਓ ਇੱਦੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਮਿਲਦੇ ਹਾਂ ਆਪਾਂ ਅਗਲੀ ਨਵੀਂ ਵੀਡੀਓ ਦੇ ਨਾਲ।